ਇੱਕ ਨਹੀਂ ਦੋ ਨਹੀਂ ਪੂਰੇ ਪੰਜ ਜਵਾਕਾਂ ਦੀ ਮਾਂ ਦੇ ਸਿਰ ਤੇ ਚੜਿਆ ਆਸ਼ਕੀ ਦਾ ਭੂਤ। ਨਿੱਕੇ ਨਿੱਕੇ ਮਾਸੂਮ ਜਵਾਕਾਂ ਨੂੰ ਛੱਡ ਕੇ ਆਸ਼ਿਕ ਦੇ ਨਾਲ ਭੱਜ ਗਈ। ਤੁਸੀਂ ਵੀ ਦੇਖ ਲਓ ਇਸ ਔਰਤ ਦੀ ਕਰਤੂਤ। ਦਰਅਸਲ ਅੱਜ ਦੇ ਜ਼ਮਾਨੇ ਦੇ ਵਿੱਚ ਕੁਆਰਿਆਂ ਨੂੰ ਤਾਂ ਛੱਡੋ, ਕੁਝ ਵਿਆਹੇ ਹੋਏ ਲੋਕ ਵੀ ਪਿਆਰ ਦੇ ਚੱਕਰਾਂ ਦੇ ਵਿੱਚ ਪਏ ਹੋਏ ਨੇ, ਜਿਨ੍ਹਾਂ ਦੇ ਸਿਰ ਤੇ ਐਸਾ ਆਸ਼ਕੀ ਦਾ ਭੂਤ ਚੜ੍ਹਿਆ ਹੋਇਆ ਹੈ ਕਿ ਉਹ ਆਪਣਾ ਹੱਸਦਾ ਵੱਸਦਾ ਘਰ ਖੁਦ ਹੀ ਬਰਬਾਦ ਕਰ ਲੈਂਦੇ ਨੇ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ, ਜਿੱਥੇ ਕਿ ਇੱਕ ਪੰਜ ਬੱਚਿਆਂ ਦੀ ਮਾਂ ਆਪਣੇ ਪਤੀ ਅਤੇ ਨਿੱਕੀ ਨਿੱਕੇ ਮਾਸੂਮਾਂ ਨੂੰ ਛੱਡ ਕੇ ਆਸ਼ਿਕ ਦੇ ਨਾਲ ਫਰਾਰ ਹੋ ਗਈ। ਆਪਣੇ ਪਤੀ ਨੂੰ ਨਸ਼ਾ ਦੇ ਕੇ ਰਾਤ ਦੇ ਵੇਲੇ ਮੌਕਾ ਦੇ ਕੇ ਉਹ ਆਪਣੇ ਨਾਲ ਇੱਕ ਬੱਚਾ ਵੀ ਨਾਲ ਲੈ ਗਈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਖਬਰ ਹੈ ਕਿ ਪੰਜ ਜਵਾਕ ਹੋਣ ਦੇ ਬਾਵਜੂਦ ਵੀ ਇਸ ਔਰਤ ਨੂੰ ਐਸਾ ਕਿਹੜਾ ਆਸ਼ਕੀ ਦਾ ਭੂਤ ਚੜਿਆ ਹੋਇਆ ਸੀਗਾ ਕਿ ਆਪਣਾ ਹੱਸਦਾ ਵੱਸਦਾ ਪਰਿਵਾਰ ਇਹ ਖੁਦ ਹੀ ਰੋਲ ਗਈ। ਦੱਸ ਦਈਏ ਕਿ ਪੁਲਿਸ ਦੇ ਕੋਲ ਇਸਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਕਿਉਂਕਿ ਪਤਨੀ ਦੇ ਜਾਣ ਤੋਂ ਬਾਅਦ ਇੰਨੇ ਸਾਰੇ ਜਿਹੜੇ ਕਿ ਪੰਜ ਇਹਦੇ ਜਵਾਕ ਹੁੰਦੇ ਨੇ, ਇੱਕ ਤਾਂ ਲੈ ਜਾਂਦੀ ਹੈ ਪਰ ਜਿਹੜੇ ਕਿ ਪਿੱਛੇ ਨਿੱਕੇ ਨਿੱਕੇ ਮਾਸੂਮ ਚਾਰ ਜਵਾਕ ਹੁੰਦੇ ਨੇ, ਤਾਂ ਪਤੀ ਸੱਸ ਅਤੇ ਬੱਚੇ ਹਾੜੇ ਕੱਢ ਰਹੇ ਨੇ, ਦਰ ਦਰ ਦੀ ਠੋਕਰਾਂ ਖਾ ਰਹੇ ਨੇ ਕਿ ਕਿਤੋਂ ਸਾਡੀ ਮਾਂ ਆ ਜਾਵੇ। ਪਤੀ ਵੀ ਜਿਹੜਾ ਕਿ ਪੁਲਿਸ ਦੇ ਚੱਕਰ ਕੱਟ ਰਿਹਾ, ਥਾਣੇ ਦੇ ਚੱਕਰ ਕੱਟ ਰਿਹਾ, ਲੱਭ ਰਿਹਾ ਕਿ ਮੇਰੀ ਪਤਨੀ ਵਾਪਿਸ ਆ ਜਾਵੇ ਘਰ ਸਵਾਰਨ ਦੇ ਲਈ, ਕਿਉਂਕਿ ਬੱਚਿਆਂ ਨੂੰ ਸਾਂਭਣ ਦੇ ਲਈ ਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤਾਂ ਪਤੀ ਜਿਹੜਾ ਕਿ ਦੱਸ ਦਈਏ ਕਿ ਪੁਲਿਸ ਦੇ ਕੋਲ ਪਹੁੰਚਦਾ ਹੈ, ਤਾਂ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸਦੀ ਪਤਨੀ ਅਕਸਰ ਹੀ ਫੋਨ ਦੇ ਉੱਤੇ ਗੱਲਾਂ ਕਰਦੀ ਰਹਿੰਦੀ ਸੀਗੀ, ਉਸਨੂੰ ਬਹੁਤ ਸਮਝਾਇਆ ਪਰ ਉਹ ਸਮਝ ਨਹੀਂ ਰਹੀ ਸੀ। ਵਾਰ ਵਾਰ ਸਮਝਾਉਣ ਦੇ ਬਾਅਦ ਵੀ ਉਹ ਇੱਕ ਦਿਨ ਜਿਹੜਾ ਕਿ ਰਾਤ ਨੂੰ ਉਸਨੂੰ ਨਸ਼ਾ ਦੇ ਕੇ ਇੱਕ ਬੱਚਾ ਆਪਣੇ ਨਾਲ ਲੈ ਕੇ ਚਾਰ ਬੱਚੇ ਛੱਡ ਕੇ ਆਪਣੇ ਆਸ਼ਿਕ ਦੇ ਨਾਲ ਘਰੋਂ ਫਰਾਰ ਹੋ ਜਾਂਦੀ ਹੈ। ਤਾਂ ਹੁਣ ਜਿਸ ਨੂੰ ਲਿਆਉਣ ਦੇ ਲਈ ਉਹ ਥਾਣੇ ਦੇ ਚੱਕਰ ਕੱਟ ਰਿਹਾ। ਤਾਂ ਬੇਹੱਦ ਹੀ ਹੈਰਾਨੀ ਵਾਲੀ ਗੱਲ ਹੈ, ਮਾਂ ਜਿਸ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਇਹ ਕਲਯੁੱਗ ਹੀ ਆ ਚੁੱਕਿਆ ਹੈ ਕਿ ਪੰਜ ਜਵਾਕਾਂ ਦੀ ਮਾਂ ਹੋਣ ਦੇ ਬਾਵਜੂਦ ਵੀ ਇਸਨੂੰ ਆਸ਼ਕੀ ਦਾ ਇੰਨਾ ਭੂਤ ਸਵਾਰ ਹੋ ਗਿਆ ਕਿ ਇਸਨੇ ਆਪਣੇ ਨਿਆਣੇ ਤੱਕ ਨਹੀਂ ਦੇਖੇ, ਆਪਣਾ ਘਰ ਪਰਿਵਾਰ ਨਹੀਂ ਦੇਖਿਆ, ਪਿਆਰ ਦੀਆਂ ਪਿੰਗਾਂ ਪਾਉਂਦੀ ਇਹ ਘਰੋਂ ਫਰਾਰ ਹੋ ਗਈ। ਮਾਤਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਰਾਜਿਆ ਕੇ ਬੈਠੇ ਜੀ। ਕੀ ਹੋਇਆ, ਕੀ ਹੈ? ਥੋੜਾ ਮੇਰੇ ਪੋਤਰਾ ਨੂੰ ਗਈ ਚਲੀ ਗਈ, ਮੈਂ ਪੜਦਾਦੀ ਹੈਗੀ ਮੈਂ, ਅਤੇ ਉਹ ਫੋਨ ਫਾਨ ਬੜੇ ਲਾਉਂਦੇ ਸੀ ਅਤੇ ਮੈਂ ਤਾਂ ਸਗੋਂ ਅਟਕਦੀ ਸੀ, ਤੂੰ ਫੋਨ ਨਾ ਲਾਇਆ ਕਰ, ਤੂੰ ਆਪਦੇ ਬੱਚਿਆਂ ਕੋਲ ਟਿਕ ਜਾ। ਉਹ ਫਿਰ ਵੀ ਚੋਰੀ ਛਾਪੀ ਨਾ ਕਿਸੇ 12-1 ਵਜੇ ਨਾ ਰੋਟੀ ਪਾਣੀ ਖਾਧਾ ਨਾ ਇਹਨੂੰ ਕੋਈ ਨਸ਼ਾ ਪੱਤਾ ਖਵਾ ਤੇ ਅਤੇ 12-1 ਵਜੇ ਉਹ ਘਰੋਂ ਚਲੀ ਗਏ। ਅਸੀਂ ਫਿਰ ਉਵੇਂ ਥੋੜ੍ਹਾ ਚਿਰ ਹੋਇਆ ਕੋਈ 10 ਮਿੰਟ ਬਾਹਰ ਖਿੱਚੇ ਸਨ ਤਾਂ ਲੱਭੀ ਗਏ। ਕਿਹਦੇ ਨਾਲ ਭੱਜੀ ਹੈ ਤਾਂ ਕਿੰਨੇ ਮਗਰ ਜਵਾਕ ਕਿੰਨੇ ਛੱਡ ਗਏ? ਨਾ ਉਸ ਮੁੰਡੇ ਨਾਲ। ਬੱਚਿਆਂ ਨੂੰ ਕੰਮ ਹੀ ਕਰਨਾ ਪੈਂਦਾ ਰੋਟੀ ਐਵੇਂ ਥੋੜੀ ਬਣਦੀ ਮੰਗ ਕਰਦੇ ਹੁਣ ਮੰਗ ਸਾਡੇ ਕੋਲ ਆਉਣਾ ਚਾਹੀਦਾ ਅਜੇ ਬੱਚਿਆਂ ਨੂੰ ਸੰਭਾਲ ਕਰੇ ਅਜੇ ਬੱਚਿਆਂ ਕੋਲ ਰਹੇ ਇੰਨੇ ਬੱਚੇ ਹੈਗੇ ਨੂੰ ਕੌਣ ਅੱਜ ਕੱਲ੍ਹ ਨੇੜੇ ਖਲੋਂਦਾ ਮੈਂ ਵਡੇਰੀ ਹਾਂ
ਵੀ ਮੇਰੀ ਖਾਟ ਹੈ ਤੇ ਟੁਰਾ ਵੀ ਗੋਡਿਆਂ ਤੋਂ ਦਰਦ ਗੋਡੇ ਕਰਦੇ ਟੁਰਾ ਵੀ ਨਹੀਂ ਜਾਂਦਾ ਮੈਂ ਇੱਥੋਂ ਅਤੇ ਮੈਂ ਨਾ ਤਾਂ ਕੀ ਪਾਲਣ ਕਰਾਂ ਮੈਂ ਇੱਥੋਂ ਪਾਲਣ ਨਹੀਂ ਨਾਂਦਾ ਹੁੰਦਾ
ਜਾਂ ਫਿਰ ਬੱਚਿਆਂ ਨੂੰ ਆਦੇ ਨੂੰ ਆਪਦੇ ਕੋਲ ਲੈ ਜਾਵੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਗੁਰਨਾਮ ਕੌਰ। ਕੀ ਨਾਂ ਹੈ, ਕਿੱਥੇ ਰਹਿਣ ਵਾਲੇ ਹੋ ਤੁਸੀਂ? ਮੇਰਾ ਨਾਂ ਜਸਪਾਲ ਸਿੰਘ, ਗੱਟੀ ਰਾਜਕੋਟ ਰਹਿਣ ਵਾਲਾ। ਕੀ ਹੋਇਆ, ਕੀ ਹੈ? 2-3 ਮਹੀਨੇ ਪਹਿਲਾਂ ਮੇਰੀ ਜਨਾਨੀ ਭੱਜ ਗਈ ਹੈ ਅਤੇ ਦਰਖਾਸਤ ਲਾਈ ਹੈ, ਮਹੀਨਾ ਇਹ ਹੋ ਗਿਆ, ਕੋਈ ਹੱਲ ਨਹੀਂ ਹੋਇਆ ਕੋਈ ਵੀ। ਕਿੰਨੇ ਬੱਚੇ ਤੁਹਾਡੇ? ਬੱਚੇ ਮੇਰੇ 5 ਨੇ। ਅੱਛਾ। ਇੱਕ ਨਾਲ ਲੈ ਗਈ ਅਤੇ 5 ਬੱਚਿਆਂ ਨੂੰ ਛੱਡ ਕੇ ਚਲੀ ਗਈ ਹੈ? ਹਾਂਜੀ, ਇੱਕ ਬੱਚਾ ਨਾਲ ਲੈ ਗਈ, ਛੋਟਾ ਬੱਚਾ। 4 ਬੱਚੇ ਤੁਹਾਡੇ ਕੋਲ? ਹਾਂਜੀ ਹਾਂਜੀ। ਤਾਂ ਕੌਣ ਦੇਖਭਾਲ ਕਰ ਰਿਹਾ? ਮੇਰੀ ਦਾਦੀ ਹੈ, ਉਹ ਦੇਖਭਾਲ ਕਰ ਰਹੇ। ਅਤੇ ਹੋਇਆ ਕੀ, ਤੁਹਾਨੂੰ ਪਤਾ ਕਿਵੇਂ ਲੱਗਾ ਕਿ ਉਹ ਘਰੋਂ ਚਲੀ ਗਈ ਹੈ? ਨਸ਼ਾ ਪਾ ਕੇ ਚਲੀ ਗਈ ਸੀ। ਕਿਹਨੂੰ? ਮੈਨੂੰ। ਕੀ ਕਿਹਾ ਸੀ ਉਹਨੂੰ? ਆਂਦੀ ਮੈਂ ਚਲਾ ਜਾਣਾ। ਕੀ ਕਹਿੰਦੀ ਕੀ ਸੀਗੀ? ਖਰਾਬ ਕਰਦੀ, ਫੋਨ ਲਾਉਂਦੀ ਸੀ, ਫਿਰ ਨਸ਼ਾ ਪਾ ਕੇ ਚਲੀ ਗਈ 12 ਵਜੇ। ਬਹੁਤ ਉਹਦੇ ਨਾਲ ਗੱਲ ਨਹੀਂ ਹੋਈ? ਫਿਰ ਗੱਲ ਕੋਈ ਨਹੀਂ ਹੋਈ। ਉਹਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ? ਬਹੁਤ ਲੱਭੇ, ਦਰਖਾਸਤ ਵੀ ਲਾਈ, ਕੋਈ ਹੱਲ ਨਹੀਂ ਹੋਇਆ। ਕੀ ਮੰਗ ਕਰਦੇ ਹੋ? ਵੀ ਨਸ਼ਾ ਮੰਗਣਾ, ਕੋਈ ਕੋਈ ਮਾੜਾ ਕੀਤਾ ਜਾਵੇ, ਬੱਚਿਆਂ ਦਾ ਕੋਈ ਹੱਲ ਕੀਤਾ ਜਾਵੇ। ਤੇ ਗਈ ਕਿੱਥੇ ਹੋ? ਪਿੰਡ ਮੁੱਠੇ ਵਾਲੀ ਫਾਜ਼ਿਲ ਕਿਆ। ਕਿੰਨੇ ਨਾਲ ਗਈ? ਆਸ਼ਕ ਨਾਲ ਗਈ। ਕੀ ਨਾਮ ਹੈ ਤੁਹਾਡਾ? ਜਸਪਾਲ ਸਿੰਘ। ਇੱਕ ਮੈਟਰ ਆਇਆ ਜੀ ਤੁਹਾਡੇ ਕੋਲ, ਜਿਹੜੇ ਬੱਚੇ ਹੈਗੇ ਨੇ, ਵਾਈਫ ਚਲੀ ਗਈ, ਇਹ ਕਿੱਥੋਂ ਦਾ ਮੈਟਰ ਹੈਗਾ ਔਰ ਸਰ ਕੀ ਮੈਟਰ ਹੈਗਾ ਇਹ? ਗੱਟੀ ਰਾਜੋਗੇ ਤੋਂ ਆ ਜਸਪਾਲ ਸਿੰਘ ਨਾਂ ਦੇ ਬੰਦੇ। ਵੀ ਜਿਹੜੀ ਮੇਰੀ ਮੈਸੇਜ ਆ ਵੀ ਮੇਰਾ ਇੱਕ ਬੱਚਾ ਲੈ ਕੇ ਕਿਸੇ ਦੇ ਨਾਲ ਚਲੀ ਗਈ, ਕਿਉਂਕਿ ਮੀਆਂ ਬੀਵੀ ਉਹ ਪਹਿਲਾਂ ਵੀ ਕਹਿੰਦੇ ਅੱਗੇ ਚਲੀ ਗਈ ਸੀ, ਅਸੀਂ ਜਿਹੜਾ ਵੈਰੀਫਾਈ ਕੀਤਾ ਅਤੇ ਉਸ ਵਾਪਸ ਆ ਗਈ ਸੀ। ਬਾਲਗ ਹੈ ਅਤੇ ਐਜ ਪਰ ਲਾ ਤਾਂ ਉਹਦੇ ਖਿਲਾਫ਼ ਕੋਈ ਕਾਰਵਾਈ ਅਸੀਂ ਨਹੀਂ, ਪਰ ਅਸੀਂ ਫਿਰ ਵੀ ਇਹਨਾਂ ਨੂੰ ਵੂਮੈਨ ਸੈੱਲ ਦੇ ਜਿੱਥੇ ਵੀ ਇਹਨਾਂ ਦਾ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀ ਇੱਕ ਤਰ੍ਹਾਂ ਇਹਨਾਂ ਨੂੰ ਦੋਵਾਂ ਧਿਰਾਂ ਨੂੰ ਬੁਲਾ ਕੇ ਆਹਮੋ ਸਾਹਮਣੇ ਕਰਕੇ। ਇਹਦੇ ਕੋਲ 4 ਬੱਚੇ ਹੈ ਇੱਥੇ? ਇਹ ਇਹਨਾਂ ਦੇ ਟੋਟਲ 4 ਬੱਚੇ ਹੈ, ਇੱਕ ਉਹ ਨਾਲ ਲੈ ਗਈ ਸ਼ਾਇਦ। ਹਾਂ, ਬਾਕੀ ਵੈਰੀਫਾਈ ਕਰ ਲੈਂਦੇ, ਸਾਰਾ ਪੜਤਾਲ ਕਰਦੇ ਹਾਂ। ਠੀਕ ਹੈ।